हाँ जी, मैं सरदार सरबजीत सिंह जी, सन ऑफ सरदार पूर्ण सिंह, पिंड भड़ोली भन ढाणी वाले, डिस्ट्रिक्ट फिरोजपुर। जो कि मैं किता, जो मेरा जरा खेतीबाड़ी नाल, मैं खेतीबाड़ी जी खेती झोना और कणक की दोनों करदा। पिछे मैं हुण जो कणक की बिजाई सी, मैं गोल्डन पंजाब तलवंडी वालियां तो हैप्पी सीड लिया जी, जो कि मैं 40 किले जमीन जी हैप्पी सीड ना बीजी आ। 4 कनाला मैं बरसीन बीजा, तो 4 कनाल जमीन जिथे जमीन दे विच खलोते ये मैं वाह के बीजी आ। जिहड़ा हैप्पी सीड की मैं बिजाई की, जिहड़ी इहदी कणक जिन्ना चिर पहला पानी नहीं लाया उन्ना चिर थोड़ा जिहा मन नूं है सी करे की बनूगा की ना बनूगा। जदों पहला पानी लग गया उस तो मगरों जिहड़ी कणक की जिहड़ी देखिया दूसरी कणक नालों उत्ते गई, कणक ने रंग नहीं मिली छड्या, कणक ਦਾ ਰੰਗ ਜਿਹੜਾ ਉਹ ਕਾਲਾ ਹੀ ਕਾਲਾ ਰਿਹਾ। ਅਤੇ ਕਣਕ ਦਾ ਜਿਹੜਾ ਝਾੜ ਆ, ਅੱਜ ਅਸੀਂ ਕਣਕ ਵੱਢੀ ਆ, ਸਾਰੀ ਤੁੱਲ ਗਈ ਆ, ਮੈਨੂੰ 25.5 ਕੁਇੰਟਲ ਦੀ ਔਸਤ 1 ਏਕੜ ਦੀ ਪਈ, ਜੋ 8 ਕਨਾਲ ਦਾ ਕਿੱਲਾ ਸਾਡਾ। ਹਾਂਜੀ, ਜਿੰਨੇ ਮੇਰੇ ਆਂਢ ਗੁਆਂਢ ਨੇ, ਜਿੰਨੇ ਵੀ ਮੇਰੇ ਆਂਢ ਗੁਆਂਢ ਦੇ ਲਾਗੇ ਬਣੇਗੇ ਨਿੱਕੇ ਨਿੱਕੇ ਛੋਟੇ ਛੋਟੇ ਜ਼ਿਮੀਂਦਾਰ ਜਿਹੜੇ ਆ, ਉਹ ਸਾਰੇ ਮੈਨੂੰ ਹੁਣ ਤੋਂ ਹੀ ਪੱਕੀਆਂ ਕਰੀ ਜਾਂਦੇ, ਭਾਈ ਸਾਡੀ 20 ਕਣਕ ਅਗਲੇ ਸਾਲ ਤੋਂ ਬੀਜ ਕੇ ਦੇਣੀ ਸਾਹਿਬ ਦੇ ਹੈਪੀ ਸੀਡ ਰੇਲ ਨਾਲ। ਹਾਂਜੀ, ਮੈਨੂੰ ਇਹਨਾਂ ਦੇ ਜਿਹੜੀ ਆ ਇਹ ਜਿਹੜੀ ਹੈਪੀ ਸੀਡ ਆ, ਮੈਨੂੰ ਬਹੁਤ ਵਧੀਆ ਲੱਗਿਆ। ਔਰ ਜ਼ਿਮੀਂਦਾਰ ਦਾ ਜਿਹੜਾ ਖਰਚਾ ਵੀ ਇਹਦੇ ਨਾਲ ਕਾਫੀ ਘਟਿਆ, ਅਤੇ ਨਾਲ ਟਾਈਮ ਦੀ ਬਹੁਤ ਬੱਚਤ ਹੁੰਦੀ ਆ। ਇਹਦੇ ਨਾਲ ਹੀ ਮੇਰੇ ਪਿੰਡ ਦੇ ਵਿੱਚ ਇੱਕ ਮੇਰੇ ਬ੍ਰਦਰ ਆ ਸਰਦਾਰ ਜਸਵੀਰ ਸਿੰਘ ਜੀ, ਲਾਗੇ ਮੇਰੇ ਘਰ ਨਾਲ ਹੀ ਮੇਰੇ ਗੁਆਂਢੀ ਨਾਲੇ, ਇੱਕ ਉਹਨਾਂ ਨੇ ਲਿਆ, ਇੱਕ ਮੇਰੇ ਮਾਸੀ ਦੇ ਬੇਟੇ ਨਾਲ ਹੀ ਮੇਰੇ ਗੁਆਂਢੀ ਨੇ ਇੱਕ ਹੈਪੀ ਸੀਡ ਜਿਹੜਾ ਗੋਲਡਨ ਪੰਜਾਬ ਵਾਲਿਆਂ ਦਾ ਉਹਨਾਂ ਨੇ ਲਿਆ, ਇੱਕ ਮੇਰੇ ਬਸਤੀ ਨੱਥੇ ਸ਼ਾਹ ਮੇਰੇ ਬ੍ਰਦਰ ਨੇ, ਮੇਰੇ ਚਾਚਾ ਜੀ ਦੇ ਬੇਟੇ ਪ੍ਰਿੰਸੀਪਲ ਦੇ ਨਾਲ ਸਕੂਲ ਦੇ, ਇੱਕ ਉਹਨਾਂ ਨੇ ਹੈਪੀ ਸੀਡ ਗੋਲਡਨ ਪੰਜਾਬ ਵਾਲਿਆਂ ਦਾ ਲਿਆ। ਇੱਕ ਬਾਬਾ ਮਰਾਣੇ ਵਾਲੇ ਜੀ, ਉਹਨਾਂ ਨੇ ਆਪਣੇ ਸਾਡੇ ਵੇਖ ਕੇ ਚੱਲਦੇ ਵੇਖ ਕੇ ਅਤੇ ਆ ਕੇ ਫਿਰ ਉਹਨਾਂ ਨੇ ਉਹਨਾਂ ਵੀ ਲਿਆ, ਉਹਨਾਂ ਨੇ ਵੀ ਸਾਰੀ ਕਣਕ ਹੈਪੀ ਸੀਡ ਨਾਲ ਬੀਜੀ। ਉਹ ਵੀ ਬਾਬਾ ਜੀ ਮਿਲੇ ਸੀ, ਉਹਦੇ ਵੀ ਸਾਡਾ ਝਾੜ ਇਰਕੀ ਬਹੁਤ ਵਧੀਆ ਰਿਹਾ, ਇਹੋ ਜਿਹਾ ਅੱਗੇ ਝਾੜ ਕਦੀ ਵੀ ਸਾਨੂੰ ਨਹੀਂ ਉਹ ਮਿਲਿਆ। ਮੈਂ ਸਾਰੇ ਜ਼ਿਮੀਂਦਾਰਾਂ ਨੂੰ ਇਹ ਰਿਕੁਐਸਟ ਕਰੂੰਗਾ, ਬੇਨਤੀ ਕਰੂੰਗਾ, ਮੈਂ ਇੱਕ ਜ਼ਿਮੀਂਦਾਰ ਹਾਂ, ਜਹੇਦਾਰ ਬੰਦਾ, ਇਹਦੇ 'ਚ ਕੋਈ ਝੂਠ ਨਹੀਂ। ਮੈਂ ਜ਼ਿਮੀਂਦਾਰ ਹੋ ਕੇ ਝੂਠ ਮਾਰਾਂ ਤਾਂ ਕੰਮ ਗਲਤ ਆ, ਕੋਈ ਝੂਠ ਵਾਲੀ ਗੱਲ ਨਹੀਂ ਗੀ, ਬਿਲਕੁਲ ਸੱਚਾਈ ਆ ਕਿ ਜੋ ਮੈਨੂੰ ਝਾੜ ਹੈਪੀ ਸੀਡ ਦਾ ਮਿਲਿਆ, ਮੈਂ ਵਾਹ ਵਾਹ ਵੀ ਵਾਹ ਕੇ ਬੀਜ ਕੇ ਵਹਿੰਦਾ ਰਿਹਾ ਕਣਕਾਂ, ਪਰ ਉਹ ਨਹੀਂ ਮੈਨੂੰ ਅੱਜ ਤੱਕ ਝਾੜਿਆ। ਨਾ ਇਹਦੇ ਵਿੱਚ ਗੰਦ ਹੋਇਆ ਕੋਈ, ਨਾ ਕੋਈ ਗੁੱਲੀ ਡੰਡਾ, ਨਾ ਕੋਈ ਬਾਥੂ, ਕੋਈ ਸਪਰੇਅ ਨਹੀਂ ਕੀਤੀ ਆ ਕੇ, ਇੱਕ ਜਿਹੜੀ ਤੇਲੇ ਦੀ ਸਪਰੇਅ ਆ ਉਹ ਇੱਕ ਨੋਰਮਲ ਜੀ ਮਾੜੀ ਮੋਟੀ ਜੀ ਕੀਤੀ ਹੈ, ਨਹੀਂ ਤਾਂ ਕੋਈ ਸਪਰੇਅ ਨਹੀਂ ਕੀਤੀ। ਹਾਂਜੀ, ਇੰਨੀਆਂ ਬੇਨਤੀਆਂ ਮੈਂ ਕਰਦਾ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ।